ਇੱਕ ਪਾਸੇ ਜਿੱਥੇ ਪੂਰੇ ਦੇਸ਼ 'ਚ ਜਨਮਅਸ਼ਟਮੀ ਦੀ ਧੂਮ ਹੈ, ਤਾਂ ਉੱਥੇ ਹੀ ਅੰਮ੍ਰਿਤਸਰ ਦੇ ਮਕਬੂਲ ਰੋਡ 'ਤੇ ਵੇਰਕਾ ਮਜੀਠਾ ਬਾਈਪਾਸ ਰੋਡ 'ਤੇ ਸਥਿਤ ਗੋਲਡਨ ਗੈਲੇਕਸੀ ਰਿਜ਼ੋਰਟ 'ਚ ਵੀ ਇਸਕੋਨ ਵੱਲੋਂ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ, ਜਿਸ 'ਚ ਕਰੀਬ 5,000 ਲੋਕਾਂ ਨੇ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਲਿਆ। ਉੱਥੇ ਇਸ ਦੌਰਾਨ ਕਾਂਗਰਸ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਵੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦੀ ਵਧਾਈ ਦਿੱਤੀ। ਅੱਜ ਕ੍ਰਿਸ਼ਨ ਭਗਤੀ ਮੇ ਹਮ ਸਭ ਲੀਨ ਹੋਣੇ ਕੇ ਲੀਏ, ਉਨਕੀ ਕਿਰਪਾ ਪਾਣੇ ਕੇ ਲੀਏ, ਪ੍ਰਭੂ ਕਾ ਆਸ਼ੀਰਵਾਦ ਪਾਣੇ ਕੇ ਲੀਏ ਹਮ ਸਭ ਇਕੱਠੇ ਹੋਏ ਹੈ। ਔਰ ਮੈਂ ਸਮਝਤਾ ਹੂੰ ਕਿ ਯੇ ਜੋ ਰਾਤ ਹੈ ਬਹੁਤ ਸੁਭਾਗੇ ਭਰੀ ਰਾਤ ਹੈ ਔਰ ਕਿਰਪਾ ਕੀ ਰਾਤ ਹੈ, ਯੇ ਆਜ ਸਭ ਪੇ ਕਿਰਪਾ ਬਰਸਨੇ ਵਾਲੀ ਹੈ। ਔਰ ਆਜ ਹਮ ਸਭ ਇਸ ਖੁਸ਼ੀ ਕੇ ਮੌਕੇ ਪੇ ਹਮ ਆਪਣੇ ਆਪ ਕੋ ਬਹੁਤ ਖੁਸ਼ਕਿਸਮਤ ਸਮਝਤੇ ਹੈ ਕਿ ਇਸ ਕਿਰਪਾ ਕੀ ਰਾਤ ਮੇ ਮੈਂ ਵੀ ਆਪਣੇ ਆਪ ਮੇ ਇੱਕ ਗਵਾਹ ਬਣਾ ਹੂੰ, ਇੱਕ ਇਸਮੇ ਸ਼ਾਮਲ ਹੁਆ ਹੂੰ। ਔਰ ਮੈਂ ਸਮਝਤਾ ਹੂੰ ਆਜ ਕਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ ਔਰ ਤਮਾਮ ਕ੍ਰਿਸ਼ਨ ਭਗਤੋਂ ਕੋ ਆਜ ਕੇ ਦਿਨ ਮੈਂ ਮੁਬਾਰਕਬਾਦ ਦੇਤਾ ਹੂੰ। ਇਸ ਵਾਰ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ 2 ਦਿਨ ਮਨਾਈ ਜਾ ਰਹੀ ਹੈ। ਐਤਵਾਰ ਨੂੰ ਵੀ ਕਈ ਮੰਦਰਾਂ 'ਚ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਬੜੇ ਸ਼ਰਧਾ ਭਗਤੀ ਨਾਲ ਮਨਾਈ ਗਈ, ਤਾਂ ਉੱਥੇ ਸੋਮਵਾਰ ਨੂੰ ਵੀ ਕਈ ਮੰਦਰਾਂ 'ਚ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਇਹ ਪਾਵਨ ਤਿਉਹਾਰ ਮਨਾਇਆ ਜਾ ਰਿਹਾ ਹੈ। ਜਗਬਾਣੀ TV ਚੰਡੀਗੜ੍ਹ ਦੇ ਲਈ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ।